ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਹੀ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਹੀ ਕੱਲ ਮੰਗਲ ਸੈਨ ਪੁਲੀ ਦੇ ਉੱਪਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਜਿੱਥੇ ਮੁਕਬਰ ਖਾਸ ਵੀ ਦੱਸੀ ਹੋਈ ਇਤਲਾਹ ਦੇ ਉੱਪਰ ਇੱਕ ਸ਼ੱਕੀ ਵਿਅਕਤੀ ਮੰਗਲ ਸੈਨ ਪੁਲੀ ਤੇ ਆਇਆ ਜਿਸ ਦੀ ਰੋਕ ਕੇ ਤਲਾਸ਼ੀ ਲਈ ਗਈ ਜਿਸ ਦੀ ਜੇਬ ਦੇ ਵਿੱਚੋਂ 500 ਗ੍ਰਾਮ ਅਫੀਮ ਜਿਹੜੀ ਆ ਬਰਾਮਦ ਹੋਈ ਹੈ। ਦੋਸ਼ੀ ਦਾ ਨਾਮ ਆ ਬਿਕਰਮਜੀਤ ਸਿੰਘ ਇਲੀਅਸ ਬਿੱਕਾ ਸਨ ਆਫ ਸਾਰ ਸਿੰਘ ਵਾਸੀ ਜੀਰਾ ਡਿਸਟ੍ਰਿਕਟ ਫਿਰੋਜ਼ਪੁਰ। ਇਹਨੂੰ ਆਪਾਂ ਗ੍ਰਿਫਤਾਰ ਕਰਕੇ ਆਪਣੇ ਅੰਡਰ ਸੈਕਸ਼ਨ 18B 65 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ। ਅੱਜ ਇਹਨੂੰ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜਿੱਥੇ ਇਹਦਾ 2 ਦਿਨ ਦਾ ਰਿਮਾਂਡ ਮਿਲਿਆ। ਸਰ ਪਹਿਲਾਂ ਵੀ ਇਹ ਕੰਮ ਕਰਦਾ ਸੀ? ਨਹੀਂ, ਇਹਦਾ ਪਹਿਲਾ ਆਪਣਾ ਪਰਚਾ ਇਹਦੇ ਉੱਪਰ ਪਹਿਲਾਂ ਦੇ ਉੱਪਰ ਕੋਈ ਵੀ ਇਸ ਤਰ੍ਹਾਂ ਦਾ